इस पिंड दे विच ओ शख्स रहिंदा है जिहड़े शख्स ने अपने कोलो पैसा लगा के महला क्लीनिक खोल दिता। 2.5 कनाल तो उपर जगह जिहड़ी है ओहदे कागजात पूरे तैयार करन तो बाद सरकार नूं दे दित्ते या सौंप दित्ते गए ने। तां हुण तुसीं स्टाफ रखो अपना। भाई रणजीत सिंह जी इत्थे रहिंदे ने तां उहनां दे पुत दी मौत होई सी 2019 दे विच। उस तों बाद ओहदी याद नूं जिंदा रखण वास्ते अज इस जगह दे उत्ते तुसीं महला क्लीनिक देख सकदे हो। इक महला क्लीनिक खोल दित्ता। करीब करीब 1 करोड़ रुपए की लागत के नाल इस जगह के उत्ते महला क्लीनिक बनाया गया। तो इस करके बनाया गया कि गुरलाल हमेशा लोगों की यादा के जिंदा रहे। सोचिए कि असी इस जगह पर क्लीनिक तैयार करना सी कि सोच की बैठे यो बेटे की याद से सोचा सी। साल हो शुरू किए बेटे मुढ़ली सहायता मिले गरीब लोगों का इतने इलाज होड़वंद लोगों का इलाज हो। मैनू नहीं लगता कि इतने गरीब तबका ही आएगा। मैं सर जिड्डा कुछ आलीशान तुसी बना दिता इतने हर तबका पहुंचेगा। देखो बिल्कुल पूरी तैयारियां रखी गई ने। सीसीटीवी कैमरे तक इतने फिट करवा दिते गए ने। एक रूम वक्खरा बनाया गया जिथे लैटरिंग बाथरूम अटैच बनाया गया। यानी कि जेकर कोई मरीज इत्थे पहुँचता है उसकी हालत थोड़ी ज़्यादा गंभीर हो जाती है तो उस वास्ते बैड भी जड़े ने वह लगाए होणगे। ਜਿਸ ਸਾਹਿਬ ਕੱਲ੍ਹ ਵਿਜ਼ਿਟ ਕੀਤਾ ਸੀ ਅਤੇ ਐਸਟੀਮੇਟ ਸਾਹਿਬ ਨੇ ਵਿਜ਼ਿਟ ਕੀਤਾ ਸਾਰਾ ਕੁਝ ਕਰਕੇ ਗਏ ਆ ਅਤੇ ਉਹਨਾਂ ਵਿਸ਼ਵਾਸ ਦਵਾਇਆ ਵੀ ਅਸੀਂ ਇਹਨੂੰ ਚਾਲੂ ਕਰਦੇ ਹਾਂ ਛੇਤੀ ਛੇਤੀ। ਲਾਲ ਨੇ ਕਦੀ ਕਿਹਾ ਸੀ ਕਿ ਆਪਾਂ ਇਸ ਤਰ੍ਹਾਂ ਦੇ ਇੱਥੇ ਕਲੀਨਿਕ ਬਣਾਵਾਂਗੇ ਜਾਂ ਫਿਰ ਕੁਝ ਹੋਰ ਕਿਹਾ ਹੋਵੇ ਕਿ ਅਸੀਂ ਇਹ ਕੁਝ ਕਰੀਏ ਆਪਣੇ ਪਿੰਡ ਵਾਸਤੇ? ਉਹ ਉਤਰਾ ਹੀ ਉਹ ਵੀ ਟੱਚ ਸੀ ਉਹਨੂੰ ਇੱਥੋਂ 10ਵੀਂ ਕਲਾਸ ਕਰਕੇ ਗਿਆ ਸੀ ਨਵੀਂ। ਉਹ ਟੱਚ ਹੀ ਸਾਰਿਆਂ ਨੇ ਮਤਲਬ ਇੱਥੇ ਭੈਣਾਂ ਭਰਾਵਾਂ ਨੇ ਪਿੰਡ ਦੇ ਵਿੱਚ ਹਰ ਕਣਾ ਹੀ ਇਨ ਟੱਚ ਰਹਿੰਦਾ ਸੀ। ਮਤਲਬ ਉਹ ਖੁੱਲ੍ਹੇ ਸੁਭਾਅ ਦਾ ਸੀ। ਇੰਨਾ ਹੀ ਬੱਚਾ ਚੰਗਾ ਹੈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਖਿਆਲ ਆਉਂਦੇ ਪੁੱਤ ਦੇ ਜੀ? ਆਉਂਦੇ ਆ ਪਰ ਟਰਾਈ ਕਰਦਾ ਮੈਂ ਦੂਜੇ ਪਾਸੇ ਆਪਣਾ ਧਿਆਨ ਰੱਖਣਾ। ਇਹ ਟਰਾਈ ਕਰਦਾ ਮੈਂ ਦੂਜੇ ਪਾਸੇ ਧਿਆਨ ਰੱਖਣਾ। ਆਉਂਦੇ ਤਾਂ ਹੈਗੇ ਰਾਤ ਦਿਨ। ਤੁਹਾਡਾ ਘਾਟਾ ਪੂਰਾ ਕੋਈ ਵੀ ਨਹੀਂ ਕਰ ਸਕਦਾ। ਜਿਹੜਾ ਘਾਟਾ ਪਿਆ ਪੁੱਤ ਦਾ ਘਾਟਾ ਬਹੁਤ ਵੱਡਾ ਘਾਟਾ ਹੁੰਦਾ। ਉਹ ਘਾਟਾ ਕਦੀ ਵੀ ਕੋਈ ਪੂਰਾ ਨਹੀਂ ਕਰ ਸਕਦਾ ਪਰ ਤੁਹਾਡੇ ਅਸੀਂ ਤੁਹਾਡੇ ਪੁੱਤ ਬੈਠੇ ਹਾਂ। ਅੱਖਾਂ ਨਾ ਭਰੋ ਬੜਾ ਵੱਡਾ ਤੀ ਉਪਰਾਲਾ ਕੀਤਾ ਤੇ ਏਡਾ ਵੱਡਾ ਉਪਰਾਲਾ ਕੋਈ ਵੀ ਨਹੀਂ ਕਰ ਸਕਦਾ। ਜਿਹੜਾ ਤੁਸੀਂ ਇੱਕਦਮ ਕਹਿ ਚੁੱਕਾ ਮੈਂ ਜਦੋਂ ਜਿੰਦਾ ਸੀ ਉਦੋਂ ਮੇਰਾ ਪੁੱਤ ਸੀ ਹੁਣ ਉਹ ਜਗਤ ਦਾ ਪੁੱਤ ਬਣ ਗਿਆ। ਦੋਸਤੋ ਇਸ ਵੇਲੇ ਅਸੀਂ ਮੌਜੂਦ ਹਾਂ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ। ਤਰਨ ਤਾਰਨ ਤੋਂ ਕਰੀਬ 30 ਕਿਲੋਮੀਟਰ ਦੀ ਦੂਰੀ ਦੇ ਵਿੱਚ ਪਿੰਡ ਮਰਗਿੰਦਪੁਰਾ ਦੇ ਵਿੱਚ ਮੌਜੂਦ ਹੈ ਜਿਹੜਾ ਪਿੰਡ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਸੁਰਖੀਆਂ ਦੇ ਵਿੱਚ ਨਜ਼ਰ ਆ ਰਿਹਾ ਹੈ। ਪੰਜਾਬ ਤੋਂ ਬਾਹਰ ਦੇ ਸੂਬਿਆਂ ਦੇ ਵਿੱਚ ਵੀ ਸੁਰਖੀਆਂ ਦੇ ਵਿੱਚ ਨਜ਼ਰ ਆ ਰਿਹਾ। ਕਾਰਨ ਕਿ ਇਸ ਪਿੰਡ ਦੇ ਵਿੱਚ ਉਹ ਸ਼ਖਸ ਰਹਿੰਦਾ ਹੈ ਜਿਹੜੇ ਸ਼ਖਸ ਨੇ ਆਪਣੇ ਕੋਲੋਂ ਪੈਸਾ ਲਗਾ ਕੇ ਮਹੱਲਾ ਕਲੀਨਿਕ ਖੋਲ੍ਹ ਦਿੱਤਾ। ਇੱਕ ਵਾਰ ਤਸਵੀਰ ਦੇਖੋ ਕਿਸ ਵਾਸਤੇ ਮਹੱਲਾ ਕਲੀਨਿਕ ਖੋਲ੍ਹਿਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਭਾਈ ਰਣਜੀਤ ਸਿੰਘ ਜੀ ਜਿਹੜੇ ਇਸ ਜਿਨ੍ਹਾਂ ਨੇ ਇੱਥੇ ਮਹੱਲਾ ਕਲੀਨਿਕ ਖੋਲ੍ਹਿਆ ਭਾਈ ਰਣਜੀਤ ਸਿੰਘ ਜੀ ਇੱਥੇ ਰਹਿੰਦੇ ਨੇ ਤਾਂ ਉਹਨਾਂ ਦੇ ਪੁੱਤ ਦੀ ਮੌਤ ਹੋਈ ਸੀ 2019 ਦੇ ਵਿੱਚ। ਉਸ ਤੋਂ ਬਾਅਦ ਉਹਦੀ ਯਾਦ ਨੂੰ ਜ਼ਿੰਦਾ ਰੱਖਣ ਵਾਸਤੇ ਅੱਜ ਇਸ ਜਗ੍ਹਾ ਦੇ ਉੱਤੇ ਤੁਸੀਂ ਮਹੱਲਾ ਕਲੀਨਿਕ ਦੇਖ ਸਕਦੇ ਹੋ। ਇੱਕ ਮਹੱਲਾ ਕਲੀਨਿਕ ਖੋਲ੍ਹ ਦਿੱਤਾ ਤਾਂ ਇੱਕ ਪਾਸੇ ਸਰਕਾਰਾਂ ਵੱਲੋਂ ਮਹੱਲੇ ਕਲੀਨਿਕ ਖੋਲ੍ਹੇ ਜਾ ਰਹੇ ਨੇ, ਦੂਜੇ ਪਾਸੇ ਇਸ ਪਿੰਡ ਦੇ ਵਿੱਚ ਭਾਈ ਰਣਜੀਤ ਸਿੰਘ ਜੀ ਵੱਲੋਂ ਮਹੱਲਾ ਕਲੀਨਿਕ ਖੋਲ੍ਹ ਦਿੱਤਾ ਗਿਆ। ਤਾਂ 2.5 ਕਨਾਲ ਤੋਂ ਉੱਪਰ ਜਗ੍ਹਾ ਜਿਸ ਦੇ ਵਿੱਚ ਇਹ ਮਹੱਲਾ ਕਲੀਨਿਕ ਖੋਲ੍ਹਿਆ ਗਿਆ। ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ ਕਿ ਇੱਕ ਆਲੀਸ਼ਾਨ ਕੋਠੀ ਅਸੀਂ ਕਹਿ ਸਕਦੇ ਕਿ ਬਣਾ ਕੇ ਸਰਕਾਰ ਨੂੰ ਦੇ ਦਿੱਤੀ, ਸਾਰੇ ਕਾਗਜ਼ਾਤ ਸਰਕਾਰ ਨੂੰ ਦੇ ਦਿੱਤੇ। ਹੁਣ ਸਰਕਾਰ ਅੱਗੋਂ ਕੀ ਕਰਦੀ ਆ, ਸਰਕਾਰ ਨੇ ਕਿਸ ਤਰੀਕੇ ਦੇ ਨਾਲ ਅਗਲੀ ਗਤੀਵਿਧੀ ਨੂੰ ਜਿਹੜਾ ਅੰਜਾਮ ਦੇਣਾ ਹੈ। ਪਰ ਇਸ ਵੇਲੇ ਅਸੀਂ ਇਹ ਕਹਿ ਸਕਦੇ ਕਿ 2.5 ਕਨਾਲ ਤੋਂ ਉੱਪਰ ਜਗ੍ਹਾ ਜਿਹੜੀ ਹੈ ਉਹਦੇ ਕਾਗਜ਼ਾਤ ਪੂਰੇ ਤਿਆਰ ਕਰਨ ਤੋਂ ਬਾਅਦ ਸਰਕਾਰ ਨੂੰ ਦੇ ਦਿੱਤੇ ਜਾਂ ਸੌਂਪ ਦਿੱਤੇ ਗਏ ਨੇ। ਤਾਂ ਹੁਣ ਤੁਸੀਂ ਸਟਾਫ ਰੱਖੋ ਆਪਣਾ ਤਾਂ ਜੋ ਇਸ ਪਿੰਡ ਦੇ ਲੋਕਾਂ ਨੂੰ ਕਿਸੇ ਵੀ ਬਿਮਾਰੀ ਤੋਂ ਲੜਨ ਦੀ ਲੋੜ ਨਾ ਪਵੇ, ਉਸ ਤੋਂ ਪਹਿਲਾਂ ਹੀ ਇਸ ਜਗ੍ਹਾ ਦੇ ਉੱਤੇ ਪਹੁੰਚ ਕੇ ਉਹਦਾ ਇਲਾਜ ਹੋ ਜਾਵੇ। ਤਾਂ ਇੱਕ ਵੱਡਾ ਉਪਰਾਲਾ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਰਣਜੀਤ ਸਿੰਘ ਜੀ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਪੁੱਤ ਦੀ ਯਾਦ ਨੂੰ ਜ਼ਿੰਦਾ ਰੱਖਿਆ ਸੀ। ਇੱਕ ਵਾਰ ਤਸਵੀਰ ਦੇਖ ਸਕਦੇ ਹੋ ਉਹਨਾਂ ਦੇ ਬੇਟੇ ਦੀ ਜਿਨ੍ਹਾਂ ਦੀ ਮੌਤ ਹੋਈ ਸੀ, ਹਾਰਟ ਅਟੈਕ ਦੇ ਨਾਲ ਮੌਤ ਹੋਈ ਸੀ ਅਮਰੀਕਾ ਦੇ ਵਿੱਚ 2019 ਦੇ ਵਿੱਚ। ਤਾਂ ਅੱਜ ਹਮੇਸ਼ਾ ਵਾਸਤੇ ਇਸ ਜਗ੍ਹਾ ਦੇ ਉੱਤੇ ਯਾਦ ਉਹਨਾਂ ਦੀ ਜ਼ਿੰਦਾ ਰੱਖਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕਰ ਦਿੱਤੀਆਂ ਗਈਆਂ। ਭਾਈ ਰਣਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਸਾਂਝੀ ਕਰਾਂਗੇ ਨਾਲ। ਇੱਕ ਵਾਰ ਅਸੀਂ ਦੇਖਾਂਗੇ ਵੀ ਆਓ ਦਿਖਾਓ ਜਿਹੜਾ ਵੀ ਕਿਸ ਤਰੀਕੇ ਨਾਲ। ਸਵਾਗਤ ਹੈ ਭਾਈ ਰਣਜੀਤ ਸਿੰਘ ਜੀ ਤੁਹਾਡਾ।
ਭਾਜੀ ਸਾਹਿਬ ਦੋ ਚਾਰ ਗੱਲਾਂ ਵੀ ਅਸੀਂ ਸਾਂਝੀਆਂ ਕਰਦੇ ਨਾਲ ਅਸੀਂ ਦੇਖਦੇ ਵੀ ਆ ਕਿ ਆਪਣਾ ਸੋਚਿਆ ਕੀ ਸੀ ਅਸੀਂ ਕਿ ਇਸ ਜਗ੍ਹਾ ਤੇ ਕਲੀਨਿੰਗ ਤਿਆਰ ਕਰਨਾ ਸੀ ਕਿ ਕੀ ਸੋਚ ਕੇ ਕੀ ਬੈਠੇ ਸੀ ਇਹੋ ਹੀ ਬੇਟੇ ਦੀ ਯਾਦ ਸੀ ਸੋਚਿਆ ਸੀ ਸਾਲ ਹੋਇਆ ਸ਼ੁਰੂ ਕੀਤੇ ਨੂੰ ਵੀ ਬੇਜੇ ਮੁੱਢਲੀ ਸਹਾਇਤਾ ਮਿਲੇ ਗਰੀਬ ਲੋਕਾਂ ਦਾ ਇੱਥੇ ਇਲਾਜ ਹੋਵੇ ਲੋੜਵੰਦ ਲੋਕਾਂ ਦਾ ਇਲਾਜ ਹੋਵੇ ਤੇ ਟੈਸਟ ਹੋਣ ਟੈਸਟ ਦਾ ਬਿਮਾਰੀ ਦਾ ਪਤਾ ਲੱਗ ਜਾਵੇ ਵੀ ਬਿਮਾਰੀ ਕਿਹੜੀ ਆ ਉਹਦਾ ਜੇ ਵੱਡਾ ਟੈਸਟ ਜੇ ਕੋਈ ਬਿਮਾਰੀ ਦਾ ਪਤਾ ਲੱਗੂਗਾ ਫੇਰ ਹੀ ਕੋਈ ਨਾ ਕੁਛ ਇਲਾਜ ਸ਼ੁਰੂ ਹੋਊਗਾ ਫਸਟ ਤੇ ਇਹੋ ਸੀ ਇਲਾਜ ਹੋਵੇ ਇਹਦਾ ਆਤਮਾ ਦੀ ਸ਼ਾਂਤੀ ਨੂੰ ਸ਼ਾਂਤੀ ਮਿਲੇ ਜਦੋਂ ਕੋਈ ਮਰੀਜ਼ ਠੀਕ ਹੋ ਕੇ ਜਾਵੇ ਤੇ ਕਵੇ ਕਿ ਮੈਂ ਗੁਰਲਾਲ ਦੇ ਪਿਤਾ ਨੇ ਮੈਨੂੰ ਇਹ ਕਲੀਨਿਕ ਖੋਲਿਆ ਸੀ ਉੱਥੇ ਮੈਂ ਹਾਂਜੀ ਹਾਂਜੀ ਇਹੋ ਹੀ ਬਸ ਸੋਚ ਕੇ ਇਹੋ ਹੀ ਸੋਚਿਆ ਵੀ ਸਾਡਾ ਕਿਸੇ ਦਾ ਭਲਾ ਹੋ ਜੇ ਸਾਡੇ ਹੱਥੋਂ ਸਾਡੇ ਹੱਥੋਂ ਕਿਸੇ ਦਾ ਭਲਾ ਹੋਵੇ ਤੇ ਫਿਰ ਸਾਨੂੰ ਕੋਈ ਯਾਦ ਕਰੇ ਮੇਰੇ ਬੇਟੇ ਨੂੰ ਯਾਦ ਰੱਖਣ ਵੀਰ ਜੀ ਕਿੰਨਾ ਖਰਚਾ ਇਸ ਕੋਠੀ ਦੇ ਉੱਤੇ ਹੋ ਗਿਆ ਪੂਰਾ ਜਿਹੜਾ ਮਹੱਲਾ ਕਲੀਨਿਕ ਅਸੀਂ ਬਣਾ ਦਿੱਤਾ ਮੈਂ ਐਸਟੀਮੇਟ ਹੈਗਾ ਜੀ ਜ਼ਮੀਨ ਤੋਂ ਬਗੈਰ 40-50 ਲੱਖ ਦੇ ਬੇਨਤੀ ਕੀਤੀ ਆਪਣੇ ਐਮ ਐਲ ਏ ਸਾਹਿਬ ਨੂੰ ਵੀ ਤੇ ਮੇਰੇ ਪਠਾਨ ਮਾਜਰਾ ਮੇਰੇ ਐਮ ਐਲ ਏ ਮੇਰੇ ਭਤੀਜਾ ਵਾ ਐਮ ਐਲ ਏ ਉਹਨਾਂ ਆਪਣੇ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਉਹਨੂੰ ਅਪੀਲ ਕੀਤੀ ਆ ਉਹਨਾਂ ਮੁੜ ਕੇ ਡੀ ਸੀ ਸਾਹਿਬ ਨੂੰ ਗਿਆ ਡੀ ਸੀ ਸਾਹਿਬ ਨੂੰ ਕੱਲ੍ਹ ਵਿਜਿਟ ਕੀਤਾ ਸਹੀ ਅਤੇ ਐਸਟੀਮੇਟ ਸਾਹਿਬ ਨੂੰ ਵਿਜਿਟ ਕੀਤਾ ਸਾਰਾ ਕੁਛ ਕਰਕੇ ਗਏ ਆ ਅਤੇ ਉਹਨਾਂ ਵਿਸ਼ਵਾਸ ਦਵਾਇਆ ਵੀ ਅਸੀਂ ਇਹਨੂੰ ਚਾਲੂ ਕਰਦੇ ਹਾਂ ਛੇਤੀ ਛੇਤੀ ਮੇ ਵੀ ਇਸੇ ਸੈਸ਼ਨ 'ਚ ਉਰਲੇ ਜਾਂ 27 ਨੂੰ ਹੋ ਜੇ ਵੇਖੋ ਜੇ ਨਾ ਉਹ 10-20 ਦਿਨ ਲੇਟ ਹੋ ਜੂਗਾ ਮੈਂ ਚਾਹਾਂਗਾ ਨਾਲ ਅਸੀਂ ਦਿਖਾਈ ਜਾਈਏ ਵੀ ਕਿਸ ਤਰੀਕੇ ਨਾਲ ਬਣਾ ਰਹੇ ਆ ਤਾਂ ਮੇਰਾ ਅਗਲਾ ਸਵਾਲ ਹੈ ਜਿਹੜਾ ਸਟਾਫ ਹੋਏਗਾ ਸਟਾਫ ਫਿਰ ਕਿਸ ਤਰੀਕੇ ਦੇ ਨਾਲ ਇਹ ਸਰਕਾਰ ਰੱਖੇਗੀ ਜਾਂ ਤੁਸੀਂ ਉਹਦੀ ਹੈਲਪ ਕਰੋਗੇ ਪਹਿਲਾਂ ਤਾਂ ਸਰਕਾਰ ਮਹੱਲਾ ਕਲੀਨਿਕ ਦਾ ਵੇਖਦੇ ਹਾਂ ਵੀ ਸਰਕਾਰ ਕੀ ਕਰਦੇ ਆ ਜੇ ਸਾਨੂੰ ਲੋੜ ਪਈ ਅਸੀਂ ਹਰ ਮਦਦ ਕਰਨ ਨੂੰ ਤਿਆਰ ਹਾਂ ਜੀ ਲੋੜ ਪਈ ਡਾਕਟਰਾਂ ਦੀ ਵੀ ਕਰਨ ਨੂੰ ਤਿਆਰ ਹਾਂ ਜੇ ਲੋੜ ਪਈ ਤਾਂ ਪਹਿਲਾਂ ਤਾਂ ਮਹੱਲਾ ਕਲੀਨਿਕ ਦਾ ਜੋ ਵੀ ਹੈਗਾ ਪ੍ਰੋਸੀਜਰ ਡਾਕਟਰ ਜਿਸ ਤਰ੍ਹਾਂ ਘਲਾਉਂਦੇ ਆ ਦਵਾਈ ਫਰੀ ਮਿਲਣੀ ਆ ਉਹਦਾ ਵੇਖਣਾ ਟੈਸਟ ਕਿੰਨੇ ਹੁੰਦੇ ਆ ਫਿਰ ਅਸੀਂ ਐਕਸਟਰਾ ਜਿਹੜੇ ਜਿੰਨੇ ਵੀ ਯੋਗਾ ਹੋਵੇ ਹਰ ਸਾਲ ਹੀ ਉਹਦੇ ਬਰਥਡੇ ਦੇ ਹਰ ਸਾਲ ਹੀ ਉਹਦੇ ਬਰਥਡੇ ਦੇ 20 ਜਨਵਰੀ ਨੂੰ ਕੁਛ ਨਾ ਕੁਛ ਅਸੀਂ ਵੀ ਗੌਰਮੈਂਟ ਦੀ ਜਾਂ ਮਹੱਲਾ ਕਲੀਨਿਕ ਦੀ ਮਤਲਬ ਵੀ ਮਦਦ ਕਰਾਂਗੇ ਕਿ ਹਰ ਜਨਮ ਦਿਨ ਦੇ ਉੱਤੇ ਪੁੱਤ ਨੂੰ ਹਮੇਸ਼ਾ ਅਸੀਂ ਪਿੰਡ ਵਿੱਚ ਦੱਸ ਦਾਂਗੇ ਕਿ ਇਹ ਗੁਰਲਾਲ ਦਾ ਵਾ ਇਹ ਗੁਰਲਾਲ ਨੇ ਜਿਹੜਾ ਉਪਰਾਲਾ ਕੀਤਾ ਅਤੇ ਇਹ ਜਿਹੜਾ ਰੂਮ ਬਣਾਏ ਅਸੀਂ ਕਿੰਨੇ ਰੂਮ ਬਣਾਏ ਇਹ ਜੀ ਇਹ ਹਾਲ ਵੱਡਾ ਬਣਾਇਆ ਜੀ ਇਹ ਅਤੇ ਦੋ ਇਹ ਹਾਲ ਵੱਡਾ ਜੀ ਦੋ ਰੂਮ ਇਹ ਪਾਸੇ ਆ ਜੀ ਅਤੇ ਆਹ ਲੈਬੀ ਆ ਅਤੇ ਇੱਕ ਬਾਹਰ ਆ ਜੀ ਬੈੱਡਰੂਮ ਕਮਰਾ ਬਣਾਇਆ ਵਿੱਚ ਕਿਚਨ ਆ ਬਾਥਰੂਮ ਆ 3 ਬਾਥਰੂਮ ਆ ਜੀ ਅਤੇ 4 ਇੱਥੇ ਰੂਮ ਆ 5ਵਾਂ ਬਾਹਰ ਆ ਜੀ ਯਾਨੀ ਕਿ ਜੇਕਰ ਕੋਈ ਮਰੀਜ਼ ਜ਼ਿਆਦਾ ਢਿੱਲਾ ਹੋ ਜਾਂਦਾ ਤਾਂ ਉਹਦੇ ਰਹਿਣ ਦੀ ਸੁਵਿਧਾ ਵੀ ਜਿਹੜੀ ਹਾਂਜੀ ਰੱਖੀ ਆ ਜੀ ਉਹ ਡਾਕਟਰ ਸਾਹਿਬ ਤਾਂ ਰੱਖੀ ਆ ਇੱਥੇ ਵੀ ਉਹਦੇ ਪਾਸੇ ਬਣੂਗੀ ਜੇ ਹੋਰ ਵੀ ਜੇ ਕੋਈ ਹੋਇਆ ਤਾਂ ਹੋਰ ਵੀ ਹੈਲਪ ਕਰਾਂਗੇ ਜੇ ਲੋੜ ਪਈ ਤਾਂ ਦੇਖੋ ਬਿਲਕੁਲ ਪੂਰੀਆਂ ਤਿਆਰੀਆਂ ਰੱਖੀਆਂ ਗਈਆਂ ਨੇ ਸੀਸੀਟੀਵੀ ਕੈਮਰੇ ਤੱਕ ਇੱਥੇ ਫਿੱਟ ਕਰਵਾ ਦਿੱਤੇ ਗਏ ਨੇ ਤਾਂ ਜੋ ਕਿਸੇ ਨੂੰ ਵੀ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸਾਰਾ ਕੋਈ ਸਾਰਾ ਐਵਰੀਥਿੰਗ ਡਨ ਕੀਤਾ ਜੀ ਮਤਲਬ ਵੀ ਤਾਂ ਬਿਲਕੁਲ ਵੇਖੋ ਪੂਰੀਆਂ ਤਿਆਰੀਆਂ ਕੀਤੀਆਂ ਨੇ ਪੱਖੇ ਲਗਾ ਦਿੱਤੇ ਗਏ ਨੇ ਲਾਈਟ ਦਾ ਕੋਈ ਵੀ ਅਸੀਂ ਕਮੀ ਨਹੀਂ ਦੱਸਾਂਗੇ ਲੈਟਰਿੰਗ ਬਾਥਰੂਮ ਹਰ ਜਗ੍ਹਾ ਉੱਤੇ ਬਣਾ ਦਿੱਤੇ ਗਏ ਨੇ ਪਾਣੀ ਦੀ ਸਾਰੀ ਸੁਵਿਧਾ ਹੈ ਸੀਸੀਟੀਵੀ ਕੈਮਰੇ ਇੱਥੇ ਲਗਾ ਦਿੱਤੇ ਗਏ ਨੇ ਰੂਮ ਜਿਹੜੇ ਨੇ ਵੱਖ ਵੱਖ ਇੱਥੇ ਰੂਮ ਬਣਾਏ ਗਏ ਨੇ ਮੁਹੱਲਾ ਕਲੀਨਿਕ ਜਿੱਥੇ ਲੋਕਾਂ ਨੇ ਇੱਥੇ ਪਹੁੰਚਣਾ ਤਾਂ ਇੱਕ ਰੂਮ ਵੱਖਰਾ ਬਣਾਇਆ ਗਿਆ ਜਿੱਥੇ ਲੈਟਰਿੰਗ ਬਾਥਰੂਮ ਅਟੈਚ ਬਣਾਇਆ ਗਿਆ ਯਾਨੀ ਕਿ ਜੇਕਰ ਕੋਈ ਮਰੀਜ਼ ਇੱਥੇ ਪਹੁੰਚਦਾ ਹੈ ਉਹਦੀ ਹਾਲਤ ਥੋੜ੍ਹੀ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਤਾਂ ਉਸ ਵਾਸਤੇ ਬੈੱਡ ਵੀ ਜਿਹੜੇ ਨੇ ਉਹ ਲਗਾਏ ਹੋਣਗੇ ਤਾਂ ਹੁਣ ਸਰਕਾਰ ਵੱਲੋਂ ਕਦੋਂ ਤੱਕ ਕਿਹਾ ਜਾ ਰਿਹਾ ਕਿ ਅਸੀਂ ਸਟਾਫ ਭੇਜ ਦਾਂਗੇ ਅਗਲਾ ਪ੍ਰੋਸੀਜਰ ਉਹਨਾਂ ਦਾ ਕੀ ਕੱਲ੍ਹ ਡੀ ਸਾਹਿਬ ਨੇ ਦੱਸਿਆ ਵੀ ਉਹਨਾਂ ਵੀ ਆ ਪ੍ਰੋਸੈਸ ਚੱਲਣ ਦਿਆ ਵਾ ਉਹਨਾਂ ਬਹੁਤ ਛੇਤੀ ਛੇਤੀ ਮੈਨੂੰ ਵਿਸ਼ਵਾਸ ਦਵਾਇਆ ਛੇਤੀ ਤੋਂ ਛੇਤੀ ਅਸੀਂ ਚਾਲੂ ਕਰਾਵਾਂਗੇ ਜੀ ਹਾਂਜੀ ਅੱਛਾ ਭਾਈ ਸਾਹਿਬ ਇੱਕ ਵੱਡੀ ਗੱਲ ਮੈਂ ਇਹ ਵੀ ਜਾਣਨਾ ਚਾਹੁੰਦਾ ਕਿ ਜਿਸ ਤਰ੍ਹਾਂ ਬੇਟੇ ਨੂੰ ਤੁਹਾਡੇ ਨੂੰ ਅਟੈਕ ਹੋਇਆ ਸੀ ਤਾਂ ਕਈ ਵਾਰ ਹੁੰਦਾ ਕਿ ਦਿਲ ਦੇ ਵਿੱਚ ਆਉਂਦਾ ਕਿ ਮੇਰੇ ਬੇਟੇ ਦਾ ਇਲਾਜ ਕਰਨ ਵਾਸਤੇ ਮੇਰੇ ਕੋਲ ਪੈਸੇ ਨਹੀਂ ਸੀ ਜਾਂ ਮੇਰੇ ਕੋਲ ਦਵਾ ਕਰਨ ਵਾਸਤੇ ਕੋਈ ਇਸ ਤਰ੍ਹਾਂ ਦੀ ਸੁਵਿਧਾ ਨਹੀਂ ਸੀ ਅਤੇ ਇਸ ਵਾਸਤੇ ਪ੍ਰਭਾਵਿਤ ਹੋ ਕੇ ਮੈਂ ਲੋਕਾਂ ਵਾਸਤੇ ਬਣਾ ਗਿਆ ਤਾਂ ਤੁਸੀਂ ਅਮੈਰੀਕਾ ਦੇ ਰਹਿਣ ਵਾਲੇ ਜੇ ਖੁੱਲ੍ਹਾ ਖਰਚਾ ਵੀ ਉੱਥੇ ਕੀਤਾ ਹੋਏਗਾ ਤਾਂ ਫਿਰ ਅਸੀਂ ਸਿਰਫ ਤੋਂ ਸਿਰਫ ਯਾਦ 'ਚ ਜਿੰਦਾ ਰੱਖਣੀ ਹੈ ਜਾਂ ਫਿਰ ਕਿਸੇ ਹੋਰ ਚੀਜ਼ ਤੋਂ ਵੀ ਪ੍ਰਭਾਵਿਤ ਅਸੀਂ ਹੋਏ ਹਾਂ ਇਸ ਤਰ੍ਹਾਂ ਹੀ ਸ਼ੁਰੂ ਤੋਂ ਜੀ ਅਸੀਂ ਸਾਡੇ ਦਾਦੇ ਪੜਦਾਦੇ ਤੋਂ ਵੀ ਅਸੀਂ ਸਮਾਜ ਸੇਵੀ ਰਹੇ ਹਾਂ ਜੀ ਕੋਰੋਨਾ ਲੋਕਾਂ ਦੀ ਹੈਲਪ ਕਰਦੇ ਰਹੇ ਹਾਂ ਜੀ ਸ਼ੁਰੂ ਤੋਂ ਲੈ ਕੇ ਪਰਿਵਾਰ ਸਾਡਾ ਸਾਰਾ ਸ਼ੁਰੂ ਤੋਂ ਲੈ ਕੇ ਕਰਦਾ ਰਿਹਾ ਉਹ ਵੀ ਉੱਥੇ ਚਲੋ ਉੱਥੇ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਵੀ ਸਭ ਤੋਂ ਇਲਾਜ ਵਧੀਆ ਇਲਾਜ ਅਮਰੀਕਾ 'ਚ ਆ ਇਲਾਜ ਕਰਨ ਦਾ ਸਾਨੂੰ ਮੌਕਾ ਨਹੀਂ ਮਿਲਿਆ ਇਸੇ ਕਰਕੇ ਮੈਂ ਨਾ ਵੀ ਜਿਹੜੇ
ਸਾਨੂੰ ਮੌਕਾ ਨਹੀਂ ਮਿਲਿਆ ਸੀ ਲੋਕਾਂ ਨੂੰ ਇਲਾਜ ਕਰਨ ਪਹਿਲਾਂ ਪਹਿਲਾਂ ਟੈਸਟ ਹੋਣ ਵੀ ਲੋਕਾਂ ਨੂੰ ਪਤਾ ਲੱਗ ਜਾ ਸਾਨੂੰ ਬਿਮਾਰੀ ਕੀ ਹੈ ਇਹਦੇ ਪ੍ਰਭਾਵਿਤ ਹੋਏ ਇਸ ਕਰਕੇ ਮੈਂ ਆ ਵਿੱਚ ਮੈਂ ਆਪਦੇ ਪੁੱਤ ਦੀ ਯਾਦ ਜਿਹੜੀ ਉਹ ਤਾਜ਼ਾ ਰੱਖਾਂ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਹੁਣ ਚੱਲਦਾ ਪਿਆ ਪਿੰਡ ਤੇ ਬੜਾ ਖੁਸ਼ ਹੋਣਾ ਕਿ ਹੁਣ ਸਾਨੂੰ ਇੱਥੇ ਘਰ ਬੈਠੇ ਹਸਪਤਾਲ ਮਿਲ ਗਿਆ ਸਾਨੂੰ ਹਰ ਚੀਜ਼ ਮਿਲੇ ਪਿੰਡ ਦਾ ਜੀ ਇਲਾਕੇ ਦਾ ਸਾਰੇ ਭੈਣਾਂ ਭਰਾ ਸੱਜਣਾ ਮਿੱਤਰਾਂ ਦਾ ਮੇਰੇ ਰਿਸ਼ਤੇਦਾਰਾਂ ਮੇਰੇ ਭਰਾਵਾਂ ਦਾ ਮੇਰੀ ਸਾਡੀ ਫੈਮਿਲੀ ਸੰਧੂ ਫੈਮਿਲੀ ਪਰਿਵਾਰ ਦਾ ਹਰ ਰਿਸ਼ਤੇਦਾਰਾਂ ਅਮਰੀਕਾ ਚੋਂ ਵੀ ਸਾਨੂੰ ਬੜੀ ਮਤਲਬ ਵੀ ਸਪੋਰਟ ਸਾਰੇ ਖੁਸ਼ ਆ ਸਾਰੇ ਪਿੰਡ 'ਚ ਪਿੰਡ ਵਾਲੇ ਵੀ ਬਹੁਤ ਹੀ ਜ਼ਿਆਦਾ ਖੁਸ਼ ਆ ਜੀ ਸਾਡੇ ਵਾਸਤੇ ਗਰੀਬ ਜਿਹੜਾ ਗਰੀਬ ਤਬਕਾ ਜਿਹੜਾ ਵਿਚਾਰਾ ਨਹੀਂ ਕਿਤੇ ਜਾ ਸਕਦਾ ਉਹਨਾਂ ਦੇ ਟੈਸਟ ਹੋਣਗੇ ਤੇ ਫਿਰ ਉਹ ਮੈਨੂੰ ਨਹੀਂ ਲੱਗਦਾ ਕਿ ਇੱਥੇ ਗਰੀਬ ਤਬਕਾ ਹੀ ਆਏਗਾ ਮੈਂ ਸਾਡੇ ਜਿੱਡਾ ਕੁਛ ਆਲੀਸ਼ਾਨ ਤੁਸੀਂ ਬਣਾ ਦਿੱਤਾ ਇੱਥੇ ਹਰ ਤਬਕਾ ਪਹੁੰਚੇਗਾ ਹਨਾ ਜਿਸ ਤਰੀਕੇ ਸਾਰੇ ਆਉਣਗੇ ਪਰ ਮੇਨ ਜਿਹੜਾ ਵਿਚਾਰਾ ਗਰੀਬ ਜਿਹੜਾ ਤਕੜਾ ਬੰਦਾ ਉਹ ਤੇ ਜਾ ਕੇ ਸ਼ਹਿਰੋਂ ਵੀ ਕਰਵਾ ਸਕਦਾ ਇਹ ਭਲੇ ਦੀ ਗੱਲ ਇਹੋ ਹੀ ਆ ਵੀ ਸਾਡੇ ਪੁੱਤ ਦੀ ਯਾਦ ਇਹੋ ਹੀ ਰੱਖਣੀ ਆ ਵੀ ਇੱਥੇ ਹਰ ਇੱਕ ਦਾ ਇਲਾਜ ਹੋਵੇ ਚਲੋ ਪਤਾ ਲੱਗ ਜਾਵੇ ਬਿਮਾਰੀ ਕੀ ਆ ਕੀ ਉਹਦੀ ਦਵਾਈ ਜਿੰਨੀ ਕੁ ਦਵਾਈ ਇਹ ਅਫੋਰਡ ਕਰ ਸਕਦੇ ਆ ਮਹੱਲਾ ਕਲੀਨਿਕ ਉਹ ਕਰਨ ਬਾਕੀ ਅਸੀਂ ਐਕਸਟਰਾ ਅਸੀਂ ਹੋਰ ਕਰਨੀ ਆ ਹਾਂਜੀ ਅਸੀਂ ਹੋਰ ਤਿਆਰੀਆਂ ਵਿੱਚ ਲੱਗੇ ਆ ਕਿ ਅਸੀਂ ਤਿਆਰ ਸੋ ਤਿਆਰ ਆ ਸਰਕਾਰ ਇੱਕ ਵਾਰੀ ਆਕੇ ਸਹੀ ਕਿ ਤੁਸੀਂ ਕਰ ਦਿਓ ਹਾਂਜੀ 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 ਇਸ ਤਰ੍ਹਾਂ ਹੀ ਅੱਛਾ ਭਾਈ ਸਾਹਿਬ ਅਮਰੀਕਾ ਦੇ ਵਿੱਚ ਜੇ ਅਸੀਂ ਗੱਲ ਕਰੀ ਤਾਂ ਅਮਰੀਕਾ ਦੇ ਵਿੱਚ ਕੀ ਬਿਜ਼ਨਸ ਸਾਡਾ ਹੈਗਾ ਸੀ ਮੇਰਾ ਬਿਜ਼ਨਸ ਸੀ ਮੇਰੇ ਬੇਟੇ ਦੇ ਨਾਲ ਟਰੱਕਿੰਗ ਦਾ ਬਿਜ਼ਨਸ ਸੀ ਜੀ ਤੇ ਬਹੁਤ ਆ ਜਿਹੜਾ ਹਾਈ ਫਰਵਾਈ ਨਹੀਂ ਮਤਲਬ ਵੀ ਜਿਸ ਤਰ੍ਹਾਂ ਮਤਲਬ ਵੀ ਰੋਟੀ ਪਾਣੀ ਵਧੀਆ ਚੱਲਦਾ ਸੀ ਵਧੀਆ ਚੱਲਦਾ ਸੀ ਮੁੜ ਕੇ ਫਿਰ ਹੁਣ ਜਦੋਂ ਬੇੜਾ ਚੱਲ ਗਿਆ ਜੋ ਕਰਨ ਵਾਲਾ ਨਾ ਕੋਈ ਮਤਲਬ ਘੱਟ ਹੋ ਜਾਣਾ ਫਿਰ ਮੈਂ ਥੋੜ੍ਹਾ ਘਟਾ ਲਿਆ ਮਾੜਾ ਆਪਦੇ ਥੋੜ੍ਹਾ ਜਿਹਾ ਕੰਮ ਰੱਖਿਆ ਬਸ ਬੇਟੇ ਕਿੰਨੇ ਤੁਹਾਡੇ ਇੱਕ ਬੇਟਾ ਇੱਕ ਬੇਟਾ ਸੀ ਜੀ ਇੱਕ ਬੇਟੀ ਆ ਜੀ ਰੁਪਿੰਦਰ ਕੌਰ ਉਹ ਕੈਲੀਫੋਰਨੀਆ ਮੇਰੀ ਮੇਰਾ ਸਾਡਾ ਜਵਾਈ ਹੈ ਦਇਆ ਕਰਨ ਔਲਖ ਬਹੁਤ ਨਾਈਸ ਫੈਮਿਲੀ ਹੈ ਜੀ ਸਾਨੂੰ ਮਿਲੀ ਪਰਿਵਾਰ ਬਹੁਤ ਚੰਗਾ ਜੀ ਅਤੇ ਮਤਲਬ ਵੀ ਉਹਨੇ ਬੇਟੀ ਗਾਂ ਸਾਡੀ ਦੋਤੀ ਮੇਰੀ ਹੁਕਮਨੀ ਹਾਂਜੀ ਉਹਦਾ ਨਾਂ ਹੁਕਮਨੀ ਆ ਅਤੇ ਬਸ ਉਹਨੇ ਨਾਲ ਗੱਲਾਂ ਬੁੱਲਾਂ ਕਰਕੇ ਮਨ ਪਰਚਾ ਲਈਦਾ ਖਿਆਲ ਆਉਂਦੇ ਪੁੱਤ ਦੇ ਜੀ ਪੁੱਤ ਦੇ ਖਿਆਲ ਤੇ ਵੈਸੇ ਆਣੇ ਵੀ ਬਣਦੇ ਕਿਉਂਕਿ ਇੰਨੀ ਉਮਰ ਜਵਾਨੀ ਦੇ ਵਿੱਚ ਜਦੋਂ ਆਉਂਦੇ ਆ ਪਰ ਟਰਾਈ ਕਰਦਾ ਮੈਂ ਦੂਜੇ ਪਾਸੇ ਆਪਣਾ ਧਿਆਨ ਰੱਖਣਾ ਇਹ ਟਰਾਈ ਕਰਦਾ ਮੈਂ ਦੂਜੇ ਪਾਸੇ ਧਿਆਨ ਰੱਖਣਾ ਆਉਂਦੇ ਤਾਂ ਹੈਗੇ ਰਾਤ ਦਿਨ ਤੁਹਾਡਾ ਘਾਟਾ ਪੂਰਾ ਕੋਈ ਵੀ ਨਹੀਂ ਕਰ ਸਕਦਾ ਜਿਹੜਾ ਘਾਟਾ ਪਿਆ ਪੁੱਤ ਦਾ ਘਾਟਾ ਬਹੁਤ ਵੱਡਾ ਘਾਟਾ ਹੁੰਦਾ ਉਹ ਘਾਟਾ ਕਦੀ ਵੀ ਕੋਈ ਪੂਰਾ ਨਹੀਂ ਕਰ ਸਕਦਾ ਪਰ ਤੁਹਾਡੇ ਅਸੀਂ ਤੁਹਾਡੇ ਪੁੱਤ ਬੈਠੇ ਹਾਂ ਤੁਸੀਂ ਆਖਾਂ ਨਾ ਪਰ ਉਹ ਬੜਾ ਵੱਡਾ ਤੀ ਉਪਰਾਲਾ ਕੀਤਾ ਤੇ ਏਡਾ ਵੱਡਾ ਉਪਰਾਲਾ ਕੋਈ ਵੀ ਨਹੀਂ ਕਰ ਸਕਦਾ ਜਿਹੜਾ ਤੀ ਇੱਕਦਮ ਕਹਿ ਚੁੱਕਾ ਮੈਂ ਜਦੋਂ ਜੀਂਦਾ ਸੀ ਉਦੋਂ ਮੇਰਾ ਪੁੱਤ ਸੀ ਹੁਣ ਉਹ ਜਗਤ ਦਾ ਪੁੱਤ ਬਣ ਗਿਆ ਕੋਈ ਸ਼ੱਕ ਨਹੀਂ ਪੰਜਾਬ 'ਚ ਨਹੀਂ ਹੈ ਪੰਜਾਬ ਤੋਂ ਬਾਹਰ ਜਿਹੜੇ ਸੂਬੇ ਨੇ ਉੱਥੇ ਵੀ ਇਸ ਵੇਲੇ ਨਾਮ ਚੱਲਦਾ ਪਿਆ ਗੁਰਲਾਲ ਦਾ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਸਾਰੇ ਸਾਡੇ ਮੇਰਾ ਬ੍ਰਦਰ ਆ ਆਪਣੇ ਅਮਰੀਕਾ ਉਹ ਵੀ ਆਏ ਆ ਅੱਜ ਵਿਆਹ ਚਲੇ ਗਏ ਦਿੱਲੀ ਉਹ ਵੀ ਆਏ ਆ ਮੇਰੇ ਬ੍ਰਦਰ ਕਨੇਡਾ ਵਾ ਉਹ ਵੀ ਆਏ ਸੀ ਚਲੇ ਗਏ ਸਾਰੇ ਮਤਲਬ ਬੇਟੀ ਆਈ ਸਾਰੇ ਚਲੇ ਗਏ ਪਰ ਮੈਂ ਆਹ ਸਟਾਰਟ ਕਰਕੇ ਤੇ ਫਿਰ ਜਾਣਾ ਮੈਂ ਜੀ 62 ਦਾ ਹੋ ਗਿਆ ਜੀ ਹਾਂਜੀ ਬਾਕੀ ਸੇਵਾ ਇੱਥੇ ਨਹੀਂ ਇੱਥੇ ਚਲੋ ਮੈਂ 2-4 ਮਹੀਨੇ ਮੈਂ ਇੱਥੇ ਨਵੰਬਰ 'ਚ ਆਣ ਕੇ ਅਤੇ 20 ਜਨਵਰੀ ਦਾ ਇਹ ਕਰਕੇ ਮੈਂ ਬਾਕੀ ਮੇਰਾ ਭਤੀਜਾ ਇੱਥੇ ਮੋਲਕ ਸਿੰਘ ਉਹ ਇਹ ਟੇਕ ਕੇਅਰ ਕਰੂਗਾ ਮਗਰੋਂ ਨਾਲ ਜੋ ਵੀ ਹੋਊਗਾ ਮੈਂ ਉੱਥੋਂ ਵੀ ਨਾਲ ਟੱਚ ਰਹਿੰਦਾ ਇਹਦੇ ਨਾਲ ਅਤੇ ਇੱਥੇ ਵੀ ਮੁੜ ਕੇ ਇਹੋ ਹੀ ਮੁੜ ਕੇ ਕਰਦਾ ਅਤੇ ਇਹਨੂੰ ਮਤਲਬ ਵੀ ਮੈਂ ਦੋ ਫਿਰ ਉੱਥੇ ਵੀ ਮਾੜਾ ਰੱਖਣਾ ਸਾਹਮਣਾ ਜੀ ਤੇ 2-2.5 ਮਹੀਨੇ ਮੈਂ ਸਾਲ 'ਚ ਇੱਥੇ ਰਿਹਾ ਕਰਨਾ ਜੀ ਭਾਈ ਸਾਹਿਬ ਇਹ ਗੁਰਲਾਲ ਨੂੰ ਹੋਇਆ ਕੀ ਸੀ ਅਚਾਨਕ ਅਟੈਕ ਤੁਸੀਂ ਦੱਸਦੇ ਪਏ ਹੋਇਆ ਤਾਂ ਕੀ ਪਹਿਲਾਂ ਹੋਇਆ ਸੀ ਕਦੀ ਕਿ ਪਹਿਲੇ ਅਟੈਕ ਦੇ ਵਿੱਚ ਕਦੀ ਨਹੀਂ ਹੋਇਆ ਪਹਿਲਾਂ ਕਦੀ ਵੀ ਨਹੀਂ ਹੋਇਆ ਕੁਛ ਨਹੀਂ ਹੋਇਆ ਇਸ ਤਰ੍ਹਾਂ ਤਰੀਕ ਕੀ ਉਦੋਂ ਕੀ ਤਰੀਕ ਉਹ ਜੀ 4 ਅਗਸਤ 2019 'ਚ ਹੋਇਆ ਜੀ ਹਾਂਜੀ ਕੀ ਹੋਇਆ ਕਿਸ ਤਰੀਕ ਉਸ ਤਰ੍ਹਾਂ ਹੀ ਇਸ ਤਰ੍ਹਾਂ ਚੇਅਰ 'ਤੇ ਬੈਠਾ ਜੀ ਆਪਣੇ ਸਾਡਾ ਉਹ ਸਾਡੇ ਰਿਸ਼ਤੇਦਾਰ ਉਹਨਾਂ ਦਾ ਟਰੱਕਿੰਗ ਦਾ ਬਿਜ਼ਨਸ ਸੀ ਇਕੱਠਾ ਹੀ ਕਰੀਦਾ ਸੀ ਅਤੇ ਇਸ ਤਰ੍ਹਾਂ ਡਰਾਈਵਰ ਨਾਲ ਗੱਲ ਕਰ ਚੇਅਰ 'ਤੇ ਬੈਠੇ ਬੈਠੇ ਡਰਾਈਵਰ ਨਾਲ ਗੱਲ ਕਰਨ ਦੇ ਕਰਦੇ ਇਸ ਤਰ੍ਹਾਂ ਹੋ ਗਿਆ ਘਰੋਂ ਹੱਸਦਾ ਖੇਡਦਾ ਗਿਆ ਇੰਨਾ ਸੋਹਣਾ ਸਾਨੂੰ ਮਖੌਲ ਕਰੇ ਵੀ ਅਸੀਂ ਚੱਲੇ ਗੁਰਦੁਆਰੇ ਮੈਂ ਕਿਹਾ ਗੁਰਲਾਲ ਤੂੰ ਵੀ ਗੁਰਦੁਆਰੇ ਕਹਿੰਦਾ ਪਾਪਾ ਮੈਨੂੰ ਮੈਸੇਜ ਕੀਤਾ ਮੈਂ ਕਹਿੰਦਾ ਪਾਪਾ ਮੈਂ ਤੁਸੀਂ ਗੁਰਦੁਆਰੇ ਆਓ ਅਤੇ ਆਪਾਂ ਨਾ ਹੋਮ ਡਿਪੂ ਆਪਾਂ ਕੁਛ ਬਾਏ ਕਰਨ ਜਾਣਾ ਸੀ ਅਤੇ ਉਹ ਮੇਰੇ ਕੋਲ ਮੈਸੇਜ ਵੀ ਅਜੇ ਤਾਂ ਹੈਗਾ ਅਵੇਲੇਬਲ ਹਾਂਜੀ ਹਾਂਜੀ ਉਹਦਾ ਮੈਸੇਜ ਐਂਡੇ 'ਤੇ ਕੀਤਾ ਮੁੜ ਕੇ ਫਿਰ ਮੈਂ ਘਰ ਆ ਗਿਆ ਵੇਟ ਕਰਦੇ ਰਿਹਾ ਫਿਰ ਅਸੀਂ ਜਾੜ 'ਚ ਵੇਖਿਆ ਜਾ ਕੇ ਉੱਥੇ ਥੱਲੇ ਡਿੱਗੇ ਪਏ ਚੇਅਰ ਤੋਂ ਅੱਛਾ ਗੁਰਲਾਲ ਨੇ ਕਦੀ ਕਿਹਾ ਸੀ ਕਿ ਆਪਾਂ ਇਸ ਤਰ੍ਹਾਂ ਦੇ ਇੱਥੇ ਕਲੀਨਿਕ ਬਣਾਵਾਂਗੇ ਜਾਂ ਫਿਰ ਕੁਝ ਹੋਰ ਕਿਹਾ ਹੋਵੇ ਕਿ ਅਸੀਂ ਇਹ ਕੁਝ ਕਰੀਏ ਆਪਣੇ ਪਿੰਡ ਵਾਸਤੇ ਉਹ ਉਤਰਾ ਹੀ ਉਹ ਵੀ ਟੱਚ ਸੀ ਉਹ ਇੱਥੋਂ ਗਿਆ ਸੀ ਇੱਥੋਂ 10ਵੀਂ ਕਲਾਸ ਕਰਕੇ ਗਿਆ ਸੀ ਨਵੀਂ ਉਹ ਟੱਚ ਹੀ ਸਾਰਿਆਂ ਨੇ ਮਤਲਬ ਇੱਥੇ ਭੈਣਾਂ ਭਰਾਵਾਂ ਨਾਲ ਪਿੰਡ ਦੇ ਵਿੱਚ ਹਰ ਇੱਕ ਨਾਲ ਇਨ ਟੱਚ ਰਹਿੰਦਾ ਸੀ ਮਤਲਬ ਉਹ ਖੁੱਲ੍ਹੇ ਸੁਭਾਅ ਦਾ ਸੀ ਇੰਨਾ ਹੀ ਬੱਚਾ ਚੰਗਾ ਹੈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਤੇ ਇੰਨਾ ਉਹਦਾ ਸੁਭਾਅ ਚੰਗਾ ਹਰ ਨਾਲ ਮਿਲ ਵਰਤ ਰੱਖਣਾ ਨਹੀਂ
बिल्कुल ये देखो ये एक पिता की भावना है जी साफ तौर उत्ते नज़र आ रही है जिथे कहा जा रहा कि पुत नहीं रहा तो कोई गल नहीं पुत की याद हमेशा जिंदा रहेगी लोगों के दिलों में मैं चला भी जावगा तो मगरों भी पुत की याद लोगों के दिलों के रहेगी तो ये होंगे ने माँ बाप जिड़े पुतों जन्म दिता होंगे तो पुत कमाए होंगे ने जी तस्वीर है कितना कितने भावुक जरूर करती पी एक तस्वीर असी साझी की कि बहुत व्डा जोड़ा एक करोड़ की लागत असी कह सकते हैं कि 40 लाख रुपया उत्ते लग गया बाकी जगह लगा लो करीब करीब 1 करोड़ रुपए की लागत के नाल इस जगह के उत्ते महला क्लीनिक बनाया गया तो इस करके बनाया गया कि गुरलाल हमेशा लोगों दी यादा दे विच जिंदा रहे इस वेले तस्वीर तुहाडे नाल असी सांझी करदे पए हां इस पिंड की जिथे कि हर कोई पिंड वाला प्रशंसा जरूर करता नजर आ रहा हर कोई पिंड वाला यह कह रहा कि आने वाले समय के इस जगह के उत्ते सरकार वालों जो कोई उपराला किया जाएगा तो किया जाएगा रणजीत सिंह जी वालों एक खास उपराला जरूर किया जाएगा तस्वीर जिहड़ी है अमृतसर तो करीब 60-65 किलोमीटर की दूरी दे विच यानी कि जिला तरन तारण दे विच असी सांझी करदे पए हां तां कमेंट करके जरूर दस्यो कि ये जिहड़ी भावना जिहड़ी दिखाई गई एक पिता वालों ये जिहड़ा क्लीनिक खोलिया गया ये सारा पूरा हिसाब लगा के तुसीं जरूर कमेंट करके दस्यो कि किस तरह लगा किस तरह की यह तस्वीर तुहानूं लगी है क्योंकि सरकारां वालों तो उपराले किए ही जाते हैं पर जो कोई पिता इस तरह का उपराला करता है अपने पुत की याद को जिंदा रखने वास्ते तो फिर वो वक्खरा ही लगता है कैमरामैन संदीप दे नाल सुखचैन सिंह तरन तारण।